بسم اللہ الرحمن الرحیم، السلام علیکم ورحمت اللہ وبرکاتہ۔ ناظرین، آج دی جڑی ویڈیو ہے تھوڑی جی مختلف ہے۔ اکثر یا میں ویلاگ ہی بنانا تو یا کچھ رپورٹنگ ہوندی ہے کسی بھی بزنس دے والے نال، تے آج دی ویڈیو تھوڑی مختلف اس گلے ہوئے کہ میں باہر آیا ایک باغ دے وچ کھلوتے ہیں، جس طرح کہ تو انہوں پیچھے نظر آ رہے ہونے، میرے پیچھے امرودوں دے باغ دے بوٹے تو انہوں نظر آ رہے ہیں، مثلا کافی تعداد وچ جڑا باغ لایا ہے، تے جس بندے نے باغ لایا ہے کنا دا ہے، کیڑی جگہ تے وے، یا ایدے بارے کے حساب دا وے کتنی ہے، کتنا خرچہ آیا ہے، یا ایدا کے بینیفٹ ہے، کے فائدہ ہے، یا اینا کے سوچ کے لایا ہے۔ چاچا جی ارشد صاحب کرنانے نال انہاں دا تعلق ہے، تے امریکہ ہوندے نے، انہاں کول اسی پوچھنی ہاں بجاڑ برادری نال انہاں دا تعلق ہے کہ اے باغ انہاں نے کس طرح لایا یا کے نظام ہے۔ تھوڑی جی ویڈیو جڑا نا اج باغ دے والے نال بنا رہے ہیں، انشاءاللہ اسی ڈرون اڑا کے تہانوں دکھاواں دے سارا سین، کہ باغ نال ایک تے چلو موسمی تبدیلی بھی آمدی ہے، موسم جڑا گرم زیادہ نہیں ہوندا، گرم موسم نو کنٹرول کرن واسطے بھی، ویسے جتھے زیادہ درخت ہوندے نے باغ ہوندا اوتھے بارشاں بھی زیادہ ہوندیاں نے، تے اے چیز انتہائی ضروری ہے ساڈے رہن سہن واسطے، جڑا آکسیجن ہے وہ بھی انہاں درختاں دی وجہ تے زیادہ پیدا ہوندا ہے، تے اے اسی گل کرنے آ چاچا جی انہاں نال۔ السلام علیکم۔ وعلیکم السلام۔ چاچا جی پہلے تے اپنا نام دسو۔ کے میرا نام ارشد علی۔ اچھا جی، تے کیڑے ملک ہوندے؟ امریکہ۔ ਤੁਹਾਨੂੰ ਕਿਤਨੇ ਸਾਲ ਹੋ ਗਏ ਨੇ ਮਸਲਾਂ? ਸਾਲ ਬਤੇਰੇ ਹੋ ਗਏ ਨੇ, ਤਕਰੀਬਨ 35 ਸਾਲ ਹੋ ਗਏ ਨੇ। 35 ਸਾਲ? 25 ਕੁ ਸਾਲ। ਅੱਛਾ ਜੀ। ਤੇ ਮਸਲਾਂ ਹੁਣ ਅਲਹਮਦੁਲਿਲਾ ਵਿਦ ਫੈਮਿਲੀ ਉੱਥੇ ਸੈਟਲ? ਜੀ ਬਿਲਕੁਲ, ਵਿਦ ਫੈਮਿਲੀ ਐਵਰੀਥਿੰਗ ਮਸਲੇ ਵੀ ਸੈਟਲ। ਤੇ ਇਹ ਜਿਹੜੀ ਜ਼ਮੀਨ ਹੈ ਚਾਚਾ ਜੀ, ਇਹ ਤੁਹਾਨੂੰ ਮਸਲਾਂ ਖਾਨਦਾਨੀ ਵਿਰਾਸਤ ਵਿੱਚ ਲੱਭੀ ਬਜ਼ੁਰਗਾਂ ਦੀ? ਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਤੇ ਇਹ ਜਿਹੜੀ ਜ਼ਮੀਨ ਹੈ ਜਿਹਦੇ 'ਚ ਅਸੀਂ ਖਲੋਤੇ ਹਾਂ, ਅਸੀਂ ਤੁਹਾਡੀ ਜਿਹੜੀ ਦੂਜੀ ਜ਼ਮੀਨ ਹੈ ਉਹਦੇ ਬਾਰੇ ਠਹਿਰ ਕੇ ਪੁੱਛਦੇ ਹਾਂ ਪਹਿਲੇ, ਇਹ ਕਿਤਨੀ ਜ਼ਮੀਨ ਰਕਬਾ ਕਿਤਨਾ? ਇਹ ਜਨਾਬ ਜ਼ਮੀਨ ਤਕਰੀਬਨ 22-23 ਵਿਘੇ। ਅੱਛਾ ਜੀ, ਮੋਟਾ ਮੋਟਾ ਅੰਦਾਜ਼ਾ, ਵਾਧੀ ਹੋਵੇ ਦੀ ਘੱਟ ਨਹੀਂ ਹੋਣੀ, 22-23 ਵੀ ਹੈ ਜ਼ਮੀਨ। ਜੀ ਤੇ ਇਹ ਜ਼ਮੀਨ ਦੇ ਬਾਰੇ ਮਸਲਾਂ ਨੇ, ਬਾਗ ਦੇ ਬਾਰੇ ਤੁਹਾਨੂੰ ਮਸਲਾਂ ਕੋਈ ਤਜਰਬਾ ਹੈ ਵੇ, ਜਾਂ ਜਿਹੜੇ ਇੱਥੇ ਵਾਕ ਨੇ ਉਹਨਾਂ ਨੇ ਲਾਇਆ, ਜਾਂ ਤੁਹਾਨੂੰ ਕੋਈ ਥੋੜੀ ਬਲੀ ਇਨਫੋਰਮੇਸ਼ਨ ਹੈ? ਉਹ ਪੁੱਤਰਾ ਤਜਰਬਾ ਸਾਨੂੰ ਕੋਈ ਨਹੀਂ, ਅਸੀਂ ਤਾਂ ਪਤਾ ਵੀ ਸਾਰੀ ਉਮਰ ਉੱਥੇ ਲੰਘਾ ਖੜੀ ਹੈ ਨਾ, ਤੇ ਅਸੀਂ ਇਹ ਬਿਹਤਰ ਸਮਝਿਆ ਕਿ ਅਸੀਂ ਠੇਕੇ 'ਤੇ ਦੇ ਛੜੀਏ, ਤੇ ਚਲੋ ਫਿਊਚਰ ਵਿੱਚ ਆਉਣ ਵਾਲੇ ਜ਼ਮਾਨੇ ਨੂੰ ਸਾਡੀ ਹੋ ਜਾਏਗੀ, ਸਾਨੂੰ ਮੁਨਾਫਾ ਮਿਲ ਜਾਏਗਾ। ਮਸਲ ਤੁਸੀਂ ਮੈਨੂੰ ਆਪਦੇ ਰਿਕਾਰਡ ਜਿਹੜੀ ਗੱਲ ਦੱਸੀ ਹੈ, ਵਾ ਜਿਹੜੀ ਜ਼ਮੀਨ ਹੈ ਤੁਹਾਡੀ, ਤੁਸੀਂ ਇਹਨਾਂ ਨੂੰ ਦਿੱਤੀ ਹੈ 10 ਸਾਲ ਦੇ ਕੰਟਰੈਕਟ ਦੀ ਬੇਸ ਤੇ, ਇੰਜ ਗੱਲ? ਇੰਜ ਗੱਲ। ਤੇ ਇਹਨਾਂ ਨੇ ਦਰਖਤ ਵਗੈਰਾ ਪੌਦੇ ਵਗੈਰਾ ਆਪੂ ਲਾਏ ਨੇ, ਆਪੂ ਲਾ ਕੇ ਇਹਨਾਂ 10 ਸਾਲ ਇਹਨਾਂ ਕੋਲ ਰਹਿਣੀ, ਬਾਅਦ ਵਿੱਚ ਹਰਸ਼ਾ ਤੁਹਾਡੀ ਹੋ ਜਾਏ, ਐਵਰੀਥਿੰਗ ਮਤਲਬ ਕਿ ਡੇਰਾ ਸਾਰਾ ਕੁਝ ਫਿਰ ਸਾਡਾ ਹੀ ਹੋ ਜਾਏ। ਮਸਲ ਜ਼ਮੀਨ ਤਿਆਰ ਰੈਡੀ ਤੁਹਾਡੀ, ਲੇਕਿਨ ਉੱਤੇ ਜੋ ਕੁਝ ਇਹਨਾਂ ਲਾਇਆ 10 ਸਾਲ ਫਸਲ ਲੈਣ ਦੇ, ਬਾਅਦ ਜੇ ਤੁਹਾਨੂੰ ਦੇ ਦਿੰਦੇ, ਜੇ ਤੁਸੀਂ ਨਵਾਂ ਕੰਟਰੈਕਟ ਕਰਨਾ ਚਾਹੋ ਤੁਹਾਡੀ ਮਰਜ਼ੀ, ਉਹ ਸਾਡੀ ਮਰਜ਼ੀ, ਮਤਲਬ ਉਹ ਅਸੀਂ ਆਪੂ ਖੁਦ ਡਿਪੈਂਡੈਂਟ ਹੋਵਾਂਗੇ ਨਾ, ਤੇ ਉਹ ਸਾਡੀ ਮਰਜ਼ੀ, ਅਸੀਂ ਕੋਲੇ ਰੱਖੀਏ ਜਾਂ ਕਿ ਅਸੀਂ ਕਿਸੇ ਨੂੰ ਠੇਕੇ ਤੇ ਦੇ ਸਕੀਏ। ਬਸ ਤੁਹਾਨੂੰ ਕੋਈ ਅੰਦਾਜ਼ਾ ਹੈ ਕਿ ਇਹ ਇਤਨੀ ਜਗ੍ਹਾ ਤੇ ਬਾਗ ਲਾਉਣ ਵਾਸਤੇ ਕਿਤਨਾ ਕੁ ਖਰਚਾ ਆਉਂਦਾ ਹੈ ਅੰਦਾਜ਼ਨ? ਕੋਈ ਥੋੜਾ ਬਹੁਤਾ ਇਹ ਪੁੱਤਰਾ ਕਾਫੀ ਸਾਰਾ ਖਰਚਾ ਆਉਂਦਾ ਹੈ, ਬਾਈ ਠੇਕੇਦਾਰ ਹੀ ਸਾਨੂੰ ਦੱਸਦਾ ਰਹਿੰਦਾ ਬਾਈ ਬੜਾ ਖਰਚ। ਪਹਿਲਾਂ ਤੇ ਉਹਨਾਂ ਨੇ ਇਹ ਜ਼ਮੀਨ ਜਿਹੜੀ ਹੈ ਨਾ, ਇਹ ਸਾਰੀ ਉੱਚੀ ਨੀਵੀਂ ਆਈ, ਕਿਹੜੇ ਉੱਚੀ ਕਿਹੜੂ ਨੀਵੀਂ, ਤੇ ਫਿਰ ਉਹਨੇ ਪਹਿਲਾਂ ਤੇ ਖਰਚਾ ਕੀਤਾ ਨੇ ਪੱਧਰੀ ਕੀਤੀ ਹੈ, ਪੱਧਰੀ ਕਰਕੇ ਤੇ ਫਿਰ ਉਹਨਾਂ ਨੇ ਮਤਲਬ ਕਿ ਸਾਰੇ ਕਿਆਰੇ ਬੰਨੇ ਕੀਤੀਆਂ ਨੇ, ਫਿਰ ਉਹਨੇ ਬਾਗ ਲਾਇਆ, ਉਹਨਾਂ ਦਾ ਬਤੇਰਾ ਖਰਚਾ ਆਇਆ। ਤਕਰੀਬਨ ਮੇਰੇ ਅੰਦਾਜ਼ੇ ਵਿੱਚ ਉਹ ਪੈ ਕਹਿੰਦਾ, ਉਹਨੇ ਮੈਨੂੰ ਦੱਸਿਆ ਅਸੀਂ ਕਿਹੜਾ ਫਿਰ ਕੋਲੇ ਹੈ, ਉਹ ਪੈ ਕਹਿੰਦਾ ਕਿ 10-12 ਲੱਖ ਸਾਡਾ ਲੱਗ ਗਿਆ। 10-12 ਲੱਖ ਰੁਪਈਆ ਜ਼ਮੀਨ ਨੂੰ ਸਿੱਧਾ ਕਰਨ ਤੇ, ਤੇ ਇਹਦੇ ਤੇ ਜੋ ਕੁਝ ਪੌਦੇ ਲਾਏ, ਪੌਦੇ ਲਾਏ, ਤੇ ਜ਼ਮੀਨ ਦਿੱਤੀ ਵੀ ਤੁਸੀਂ ਠੇਕੇ ਤੇ, ਤਾਂ ਹੀ ਕਿ ਮਸਲਾ ਲੈਵਲ ਨਹੀਂ ਹੈਗਾ? ਲੈਵਲ ਨਹੀਂ ਆ, ਗੱਲ ਸਹੀ ਹੈ ਭਾਈ, ਅਸੀਂ ਬਾਹਰ ਆਏ ਇਤਨਾ ਨਹੀਂ ਕਰ ਸਕਦੇ ਕਿ ਜ਼ਮੀਨ ਕਾਫੀ ਆਈ ਤੇ ਇਹਦੇ ਵਿੱਚ ਫਿਰ ਉਹਨੂੰ ਸਿੱਧਾ ਕਰ ਸਕਦੇ, ਇੱਥੇ ਹੋਵੇ ਬੰਦਾ ਤਾਂ ਚਲੋ ਕੋਈ ਗੱਲ ਹੋ ਸਕਦਾ ਸੀ। ਅੱਛਾ ਜੀ, ਚਾਚਾ ਜੀ ਮੈਂ ਜੋ ਕੁਝ ਸੁਣਿਆ, ਮੈਨੂੰ ਜੋ ਕੁਝ ਪਤਾ ਲੱਗਾ ਕਿ ਜਿਹੜੇ ਕਰਨਾਣੇ ਸਾਡੇ ਪਿੰਡ ਵਿੱਚ ਜਿਹੜੇ ਮਸਲ ਨਾਮਰ ਜ਼ਮੀਨਦਾਰ ਨੇ, ਜ਼ਮੀਨਦਾਰ ਨੇ ਜਿਨ੍ਹਾਂ ਦੀ ਜ਼ਿਆਦਾ ਜ਼ਮੀਨ ਹੈ, ਤੇ ਉਹਨਾਂ ਵਿੱਚ ਤੁਹਾਡੇ ਬਜ਼ੁਰਗਾਂ ਦਾ ਵੀ ਨਾਮ ਆਉਂਦਾ? ਕਿਉਂ ਨਹੀਂ, ਇਨਸ਼ਾਅੱਲਾ। ਪਹਿਲੇ ਨੰਬਰ ਤੇ? ਪਹਿਲੇ ਨੰਬਰ ਤੇ, ਬਿਲਕੁਲ ਬਿਲਕੁਲ ਪਹਿਲੇ ਨੰਬਰ ਤੇ। ਹਾਲਾਂਕਿ ਦੂਸਰੇ ਗੁਲਾਮ ਰਸੂਲ ਵੀ ਹੈ, ਉਹਨਾਂ ਦੀ ਜਿਹੜੀ ਹੈ ਨਾ ਗੁਲਾਮ ਰਸੂਲ ਛੋਟੇ ਦੀ, ਉਹਨਾਂ ਦੀ ਜਗ੍ਹਾ ਵੱਲੋਂ ਜ਼ਿਆਦਾ ਹੈ, ਪਰ ਬਾਹਰ ਬਾਹਰ ਜਿਹੜੀ ਸੋਸਾਇਟੀ ਜ਼ਿਆਦਾ ਹੈ। ਇਹ ਤੁਹਾਨੂੰ ਠੀਕ, ਉਹ ਵੀ ਮਤਲਬ ਕੋਈ ਥੋੜ੍ਹਾ ਫਰਕ ਹੋਵੇਗਾ, ਆਪਣਾ ਮਸ਼ੀਰ ਛੋਲਾ ਉਹ ਵੀ ਮਤਲਬ ਠੀਕ ਜ਼ਿੰਮੇਦਾਰ ਹੈ। ਇਹ ਤੁਹਾਨੂੰ ਕੋਈ ਅੰਦਾਜ਼ਾ ਹੈ ਕਿ ਤੁਹਾਡੇ ਜਿਹੜੇ, ਚਲੋ ਜਿਸ ਵੇਲੇ ਅੱਗੇ ਬਜ਼ੁਰਗਾਂ ਦੀ ਅੱਗੇ ਆਈ ਫਿਰ ਤਾਂ ਭਰਾਵਾਂ ਹੀ ਡਿਵਾਈਡ ਹੋ ਜਾਂਦੀ ਹੈ, ਜਿਵੇਂ ਤੁਹਾਡੇ ਬਜ਼ੁਰਗਾਂ ਦੀ ਸੀ, ਉਸ ਵੇਲੇ ਕੋਈ ਅੰਦਾਜ਼ਾ ਹੈ ਕਿਤਨੀ ਜ਼ਮੀਨ ਸੀ? ਇਹ ਜਨਾਬ ਜ਼ਮੀਨ ਆਈ ਜੇ ਅਸੀਂ 10 ਵਿਘੇ ਮੁੜ ਵੀ ਲਈ ਸੀ, 65 ਵਿਘੇ ਸਾਡਾ ਪਹਿਲਾਂ ਰਕਬਾ ਸੀ, ਕਿਤਨੀ ਬਣੀ? 75 ਵਿਘੇ। 75 ਵੀ ਜ਼ਮੀਨ ਕਰਨਾਣੇ ਵਿੱਚ, ਅਤੇ 75 ਦੀ ਫਿਰ ਮੈਂ ਬਾਅਦ ਵਿੱਚ ਲਿਆ ਉਹ ਆਪਣੇ ਬਰਾਦਰੀ ਕੋਲੋਂ ਹੀ, ਵਾਰਸਰਾਂ ਦੇ ਕੋਲੋਂ, 5 ਕਰਨਾਣਾ, 76 ਕੁ ਵਿਘੇ।
76 گوی زمین ٹوٹل ہے اچھا کیمرامین صاحب میرے با ادھر کیمرہ تھوڑا مار ہونا زمین تے نہ اسی بہانہ چنے ریتلی زمین ہے اے ویکھو مثلا بالکل میرا جنو اسی نہ اپنی زبان یہ میرا کہنی اے ویکھو ریت بالکل تے لگے بڑیاں بارشاں ہوئی نے میں ڈرون وی نال وہاندا وی رہنا پانی کھلوتی ہے لیکن ایتھے پانی دا نام نشان نہیں چاچا جی اے ذرا منو ایتھے بارے دسو وا اے پودے لان واسطے جڑے امرود دے نے ایتھے واسطے ریتلی زمین صحیح ہے یا چیک نہیں ہو جڑی ہوے زمین تے نہیں اے ریتلی جگہ اس نو صحیح شوٹ کر دی ہے تے ریتری جیڑی ہے نا زمین ہے ایدے تے سبزیاں وی ہر شے تسی کاشت کر سکدے ہو بالکل او مطلب تو ریتری زمین بھاری تھی زیادہ کر دی اسی جڑا سمجھ نہیں آ کے جی میرا وے ریتلی اینو چھڑ دو اسی پتہ نہیں کہ لوگ گلا کردے ہیں میرے تے جی کنڈیرا ہی ہے تے اٹھ اٹھ چک دے تے دیکھ لو پھر ہن سونا پیدا ہو گیا جی بالکل دیکھو نا سامنے نہیں مثال بالکل جی ایتھے میں ایک چھوٹی جی گل کراں دا جس طرح ساڈے ملک وچ امیر ترین بندہ جنگیر ترین انہیں بھی اس طرح دی زمیناں وچ بزرگ چاچا جی اس طرح دی زمین وچ نا انہیں بھی سونا اگایا جنوں بندے کہندے اتھوں نہیں نکل سکدا او امیر ہویا جی اسی جس طرح باہر ایتھے محنت کریے تے سانو گھاٹا کوئی نہیں جس طرح تسی دسدے ہو تہاڈی 75 76 20 زمین ہے ماشاءاللہ ماشاءاللہ تے جے تسی اودے تے محنت کرو نا وجے ایتھے رہ کے میں کہنا رولا ہی کوئی نہیں جی بالکل بالکل کوئی رولا ہی نہیں اے بھاؤ جی ناظرین صاحب ایتھے ویکھو امرود وی لگے رے ماشاءاللہ پھل لگے اللہ پاک دی بڑی وڈی نعمت ہے بھی تے امرود بڑیاں بیماریاں دا علاج اگر تسی اینو کھاندے ہو نا تے بڑیاں بیماریاں تے تسی بچ سکدے انجے گل ہے نا چاچا جی یا بالکل امرود قبض تے بھی بڑا اچھی چیز ہے اے ویکھے بوٹے ہی انہاں نے تھرے نہیں جس سے مس ہوندا ہے یا ادھر آؤں جی کیمرامین صاحب اچھا جی چاچا جی اے ویکھیا بوٹے انہاں نے کو رکھے نے تھلیاں دی وچ نے سپیئر نے نال مٹی لگی رکھے سسٹم ادا ہے نا ادا پتر جی جسے بوٹا کو مر جاندا ہے یا او مطلب لگدا نہیں صحیح تے اونوں پٹ کے دی جگہ تے پھرے لا سکدے نے ٹھیک ہے مثلا تواڈے انہاں دے کولے الریڈی چیز ہوندی ہے ریپلیس کر لیندے جی ریپلیس کر لیندے نے تے او جڑی سائیڈ پرلی کیمرامین دکھاؤ ادھر نا بوٹے بڑے چھوٹے نے او کے وجہ او لیٹ لگا یا او جگہ نہیں ٹھیک ہی یا کے حساب ہے ادھر کیمرامین صاحب ساری جڑی ہے نا اچھا او سیم ہی ہے اچھا صرف ادھر ہے ٹوئے ٹھیک ہے او ٹوئے پھر انہوں نے 2 سال بعد پٹے نے تے اس دی بعد پھر 2 سال بعد ہے لگے با مسئلہ نے ٹوئے دے تھی او چھوٹا ہے بہرحال واہ نے بوٹے ہوئے ٹھیک ہے مسئلہ نے ٹوئے شو ہے تے اینو لیول کرن واسطے یا صحیح حالت دی لیاون واسطے باغ دی انہاں تھوڑا ٹائم لگا تاں بعد ہی لیٹ ہاں بالکل ہے کافی ہے نا ٹکڑ او اس واسطے کر کے پھر ٹائم تھوڑا جے لگدا ہے نا ٹھیک ہے تے اے چاچا جی جڑی ٹرپین شین لگی تے تسی خود کر کے دتی انہاں نے یا اے سارا تھوڑا جو کچھ بنیا اینا ابو بنایا امرودوں کا باہ لگے ویکھ رہے اسی نیمبو بھی لگے نے کیمرہ مین صاحب ویکھاؤ نا نیمبو بھی ماشاء اللہ اچھا خاصا پھل لگے یہ بھی لائے نے نال جی بالکل لال نال لائی ہے اس واسطے واں کو نا اے تو نیمو شیمو جڑا کھول لے پیچھے ہٹ جائے واسطے کی جی او جے کدر کو کون آویں تے نیمو ہی کوئے امرودوں والا امرود والا او تے ٹوری جانا سن جے نہیں جانا ہے تے اس واسطے لائے نے انہوں نے جنہوں نے نا میں ویکھیا سامنے ویچدا پیا کیمرامین صاحب ویکھا ہونا جنہوں نے ٹھیکہ لیا نا وہ سامنے انہوں نے اٹھیا جلایا مثلا تازے امرود کھو کے ویچ رہے ہیں وہ بالکل حاضر ڈیوٹی نے رات دیہاڑ وہ نہیں کھون دیندے جنہاں پیسے لائے جی جی بالکل اے کتنا کوئی ایریا انداز ہے تہاڈا جڑا انداز ہے جتھے نیمبو تھوڑے جنے لگ اے ہن ایتھے آیا نا اے 8 کو بھی گئے اچھا 8 اے 8 بھی ہے تے ایک سائیڈ دے نال نیمبو لائے جی تے نیمبو بھی مثلا او تہاڈی زمین وچ سیم ہی ٹھیک 10 سال دا سیم ہی سیم بالکل تے اتنی نیمبو ویچ دے نے کہ ایک رلاں دے کوئی او انہاں دے ہن ہڈ کے کے بیچنی ہے جدر ماسٹر اے تے اونج ویسے اسی جڑا ویکھے گرمیاں چاہی دے نے نا سست نے لے دی تے دیکھ لے پکے نہیں انہاں لا کے بیچنا چاہی دے اونج گرمیاں چ ہوندے نے لگدا سردیاں چ وی ہوندے نے ہاں سر میرا گرمیاں وچ ہی پھڑ دیندا ہے بالکل چاچے جی کہہ رہے نے واقعی لیزی نے ویکھو نا کیمرامین صاحب دکھاؤ اے مکمل پھل لگے ہے پکے نے سارے نیمبو ریڈی نے ماشاءاللہ ویکھو بڑا پیارا پھل لگے اے ویکھاؤ تھوڑا جنا کیمرامین صاحب تھوڑا کیمرہ مار کے انہاں دا اپنا تجربہ نظام ہونا ہے نا کہ وہ کدو کھونے نے ویسے تے اسی تے گرمیاں جی ویکھنے آ کیوں گرمیاں شکنج وی بندے پیندے نے تے اے نیمبواں دی بنا کے تے اے نہیں پتہ ہن من لگدا اے سردیاں چ وی لگدے ہوندے کیوں روز جڑے نے او تے لگدے نے 6 مہینے بعد پھل تے انہاں دا وی کیپ تے 6 مہینے بعد لگدا وے انہاں سیم لایا چلو جی جنہاں ٹھیکا لیا انہاں اپنے حساب دا پتہ ہے کہ دا کی کرنا یا کدو لانا
جناب آئے نے گجر والی سائڈ کی بنجر زمین نو قابل کاشت کر کے سونا حاصل کیتا ہے تے اسی کیوں نہیں کر سکتے کیوں نہیں ہو سکتا ہے صرف اسی لوگ جڑے کہنے کہ چلو باہر چلیے اپنا کام کرو تے دیش تے بڑا بہتر ہے نا جی انہاں نے ویکھ لو کچھ نالے آ کے اور بھی ساڈے ایریے وچ کافی واک آئے نے میرے حساب نال انہاں نے سانو دسیا ہے کہ اگر تسی کرنا چاہو نا تے تسی اپنے پنڈ وچ اپنے گھر رہ کے کام کر سکدے
ਨਾਜ਼ਰੀਨ ਜਿਸ ਤਰ੍ਹਾਂ ਕਿ ਤੁਸੀਂ ਚਾਚੇ ਇਹਨਾਂ ਦੀ ਗੱਲ ਸੁਣੀ ਉਹ ਪੇ ਕਹਿੰਦੇ ਨੇ ਕਿ ਇੱਥੇ ਇਹਨਾਂ ਨੇ ਬਾਗ ਸ਼ਾਗ ਲਾਇਆ ਹੈ, ਸਾਰੀ ਗੱਲ ਅਸੀਂ 10 ਸਾਲ ਦੇ ਕੰਟਰੈਕਟ ਤੇ ਇਹਨਾਂ ਨੂੰ ਦਿੱਤੇ ਹੈ, ਬਾਹਰ ਹੁੰਦੇ ਨੇ, ਜਿਹੜਾ ਬੰਦਾ ਬਾਹਰ ਹੁੰਦਾ ਉਹ ਫਿਰ ਸਾਰੀ ਗੱਲ ਇੱਥੇ ਇੰਨਾ ਧਿਆਨ ਨਹੀਂ ਦੇ ਸਕਦਾ, ਜ਼ਮੀਨ ਉਂਝੇ ਪੀ ਰਵੇ ਤਾਂ ਉਹਦੇ ਨਾਲ ਬਿਹਤਰ ਕਿਸੇ ਨੂੰ ਦੇ ਛੱਡੋ, ਉਹਦੇ ਵਿੱਚ ਕਈਆਂ ਬੰਦਿਆਂ ਦਾ ਫਾਇਦਾ ਹੁੰਦਾ। ਮਸਲਾਂ ਇਸ ਕਾਰੋਬਾਰ ਨਾਲ 20-22 ਜ਼ਮੀਨ ਹੈ, ਕਈ ਬੰਦੇ ਰਿਲੇਟਡ ਹੋਣੇ ਨੇ, ਕਾਫੀ ਜ਼ਿਆਦਾ ਬੰਦੇ ਜਿਹੜਾ ਆਪਣੇ ਇੱਥੇ ਕੰਮ ਕਰਦੇ ਨੇ, ਅਮਰੂਦ ਨੇ ਜਿਹੜੇ ਜਾ ਕੇ ਬਾਜ਼ਾਰ ਵੇਚਦੇ ਨੇ, ਤੇ ਉਹਨਾਂ ਦਾ ਜਿਹੜਾ ਆਪਣਾ ਰੋਜ਼ਗਾਰ ਦਾ ਇੱਕ ਜ਼ਰੀਆ ਬਣਿਆ। ਤੇ ਚਲੋ ਇਹਨਾਂ ਨੂੰ ਵੀ ਜਿਹੜੀ ਜ਼ਮੀਨ ਹੈ ਇਹ ਕਹਿੰਦੇ ਵੀ ਸਾਡੇ ਵਾਸਤੇ ਜਿਹੜਾ ਨਾ ਕਾਬਲੇ ਕਾਸ਼ਤ ਹੀ ਬਾਈ ਦੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਸਾਡੇ ਕੋਲ ਨਹੀਂ ਹੁੰਦੀ ਸਾਰੀ ਗੱਲ, ਬਾਹਰ ਰਹਿ ਕੇ ਇੱਥੇ ਤਵੱਜੋ ਨਹੀਂ ਦੇਣ ਹੁੰਦੀ। ਤੇ 10 ਸਾਲ ਦੇ ਕੰਟਰੈਕਟ ਤੇ ਇਹਨਾਂ ਦਿੱਤੀ, ਚਲੋ ਜਿਹੜੇ ਬੰਦੇ ਮੌਜੂਦਾ ਜਿਹਨਾਂ ਕੋਲ ਹੈ ਉਹਨਾਂ ਦਾ ਫਾਇਦਾ ਹੋਵੇ, ਤਾਂ 10 ਸਾਲ ਦੀ ਬਾਅਦ ਫਿਰ ਇਹਨਾਂ ਦੇ ਹਵਾਲੇ ਹੋ ਜੇ, ਜ਼ਮੀਨ ਤਿਆਰ ਰੈਡੀ ਇਹਨਾਂ ਦੀ, ਬਾਗ ਸਾਰਾ ਫਿਰ ਇਹਨਾਂ ਦਾ ਹੋ ਜਾਂਦਾ, ਅੱਗੋਂ ਫਿਰ ਇਹਨਾਂ ਨੂੰ ਵੀ ਫਾਇਦਾ, ਜੇ ਰੱਖਣ ਆਪੂ ਤਾਂ ਵੀ ਠੀਕ ਹੈ, ਜੇ ਕਿਸੇ ਨੂੰ ਦੇਣ ਦਿੱਤਾ ਵੀ ਠੀਕ ਹੈ। ਤੇ ਦਰਖਤ ਲਗਾਉਣ ਨਾਲ ਕਾਫੀ ਜ਼ਿਆਦਾ ਫਾਇਦੇ ਨੇ, ਮੌਸਮ ਦੀ ਤਬਦੀਲੀ ਉਹਦੇ ਬਾਅਦ ਜ਼ਾਰੀ ਗੱਲ, ਅਤੇ ਜਿਹੜੇ ਨਾ ਚਾਚਾ ਜੀ ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਆਕਸੀਜਨ ਜਿਹੜਾ ਅਸੀਂ ਸਾਹ ਲੈਂਦੇ ਹਾਂ ਆਕਸੀਜਨ ਇਹਨਾਂ ਦੀ ਵਜ੍ਹਾ ਦੀ ਪੈਦਾ ਹੁੰਦੀ ਹੈ, ਇਹਨਾਂ ਦੀ ਵਜ੍ਹਾ ਤੇ ਇਹ ਟ੍ਰੀ ਦਰਖਤਾਂ ਦੀ ਵਜ੍ਹਾ ਤੇ ਪੈਂਦੀ ਹੈ। ਮੈਂ ਸੁਣਿਆ ਕਿ ਜਿਹੜਾ ਐਮਾਜ਼ਾਨ ਦਾ ਜੰਗਲ ਹੈ ਨਾ, ਮੇਰੇ ਖਿਆਲ ਕਹਿੰਦੇ ਨੇ 30-40% ਦੁਨੀਆ ਦੀ ਆਕਸੀਜਨ ਉਹ ਪੈਦਾ ਕਰਦਾ ਜੰਗਲਾਤ ਦੀ। ਜੀ ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਇਸੇ ਤਰ੍ਹਾਂ। ਤੇ ਜਿਤਨੇ ਕੋਈ ਵੀ ਜਿਹੜਾ ਉਹ ਆਕਸੀਜਨ ਪੈਦਾ ਕਰਦਾ, ਜਿਤਨੇ ਜ਼ਿਆਦਾ ਦਰਖਤ ਹੋਣਦੇ ਨਾ ਅੱਜ ਕੱਲ੍ਹ, ਹਾਲਾਂਕਿ ਇਸ ਚੀਜ਼ ਮੈਂ ਅਫਸੋਸ ਨਾਲ ਕਹਾਂਗਾ ਕਿ ਜਿਹੜਾ ਬੰਦਾ ਦਰਖਤ ਲਾਵੇ ਤਾਂ ਜੀ ਉਹਦੀ ਵੀਡੀਓ ਫੋਟੋ ਵੇਖੋ ਉਹਦੇ ਨਾਲ, ਇਹ ਆਖਣ ਦੇ ਇਮਰਾਨ ਖਾਨ ਦਾ ਹਮਾਇਤੀ ਹੈ, ਇਹ ਗ੍ਰੀਨ ਤੇ ਸਰਸਬਜ਼ ਪਾਕਿਸਤਾਨ ਦੀ ਮੁਹਿੰਮ ਦਾ ਹਿੱਸਾ ਨਹੀਂ, ਇਹ ਕਿਸੇ ਵੀ ਹਕੂਮਤ ਨਾਲ ਸਾਡਾ ਕੋਈ ਤਲਕ ਨਹੀਂ। ਸਿਆਸਤ ਵਿੱਚ ਲੈ ਜਾਓ ਤੇ ਉਹ ਤੇ ਫਿਰ ਗਲਤ ਗੱਲ ਹੈ ਨਾ, ਇਮਰਾਨ ਖਾਨ ਦਾ ਕਿਹੜਾ ਰੋਲ ਨੇ ਸਾਥੀ, ਇਹ ਦਰਖਤ ਹਰ ਬੰਦੇ ਦਾ ਫਾਇਦਾ ਜੀ, ਹਾਂ ਦਰਖਤ ਹਰ ਬੰਦੇ ਦਾ ਫਾਇਦਾ, ਤੁਸੀਂ ਦਰਖਤ ਲਾਓ ਤੁਹਾਡੇ ਮੌਸਮ ਦੀ ਜਿਹੜੀ ਲਾਇਆ ਤੇ ਇਮਰਾਨ ਖਾਨ ਨੇ ਆਖਿਆ ਲਾਓ ਨਹੀਂ, ਇਹ ਗੱਲ ਤੁਸੀਂ ਇੱਕ ਤੇ ਲਾਇਆ ਨਾ ਚਲੋ ਆਪਣੀ ਜ਼ਰੂਰਤ ਵਾਸਤੇ, ਤੇ ਵੈਸੇ ਮੌਸਮ ਨੂੰ ਵੀ ਇਹਦਾ ਅੱਛਾ ਫਾਇਦਾ, ਬੜਾ ਬੜਾ ਅੱਛਾ, ਆਕਸੀਜਨ ਪੈਦਾ ਕਰਦਾ ਹੈ, ਮੌਸਮ ਦੀ ਤਬਦੀਲੀ ਜਿਹੜਾ ਨਾ ਦਰਖਤਾਂ ਦੀ ਵਜ੍ਹਾ ਤੇ ਆਉਂਦੀ, ਬਾਰਿਸ਼ਾਂ ਜਿਹੜੀਆਂ ਦਰਖਤਾਂ ਦੀ ਵਜ੍ਹਾ ਤੇ ਆਉਂਦੀਆਂ ਨੇ। ਤੇ ਮੈਂ ਵੀ ਉਹਨਾਂ ਲੋਕਾਂ ਨੂੰ ਸੁਜੈਸਟ ਕਰਾਂਗਾ ਜਿੰਨਾਂ ਕੋਲ ਜ਼ਮੀਨ ਪੀ ਉਹ ਕੋਸ਼ਿਸ਼ ਕਰਨ ਥੋੜਾ ਆਪਣਾ ਸਰਮਾਇਆ ਖੁਦ ਲਾ ਕੇ ਬਾਗ ਬਣਾ ਲੈਣ, ਜੇ ਆਪੂ ਨਹੀਂ ਲਾ ਸਕਦੇ ਤੇ ਕਿਸੇ ਨੂੰ ਦੇ ਦੇਣ, ਤਾਂ ਕਿ ਉਹ ਜਿਹੜੀ ਤੁਹਾਡੀ ਜ਼ਮੀਨ ਹੈ ਉਹ ਵੀ ਕਾਬਲੇ ਕਾਸ਼ਤ ਹੋ ਜੇ, ਇਸਤੇਮਾਲ ਹੋਵੇ ਤੇ ਮੁਲਕ ਨੂੰ ਫਾਇਦਾ ਹੋਵੇ, ਚੰਦ ਬੰਦਿਆਂ ਦਾ ਰੋਜ਼ਗਾਰ ਲੱਗੇ ਉਹਨਾਂ ਨੂੰ ਫਾਇਦਾ ਹੋਵੇ। ਤੇ ਅੱਜ ਦੀ ਵੀਡੀਓ ਇਨਸ਼ਾਅੱਲਾ ਮੈਂ ਉਮੀਦ ਕਰਨਾ ਕਿ ਤੁਹਾਨੂੰ ਪਹਿਲੇ ਦੀ ਤਰ੍ਹਾਂ ਪਸੰਦ ਆਵੇ, ਦੀ ਵੀਡੀਓ ਪਸੰਦ ਆਵੇ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਕਿਸੇ ਹੋਰ ਮੁਕਾਮ ਤੇ ਕਿਸੇ ਹੋਰ ਵੀਡੀਓ ਦੁਬਾਰਾ ਮੁਲਾਕਾਤ ਹੋਵੇ ਦੀ, ਉਸ ਵਕਤ ਤੱਕ ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।